अस्सलाम वालेकुम जी, मैं थोड़ा अपना होस्ट बाबा जी, सेव हिस्टोरिकल प्लेसेस ऑफ द पाकिस्तान एंड सेव गुरुद्वारा टेंपल्स ऑफ पाकिस्तान सिख पीरियड फुटस्टेप्स इन पाकिस्तान। आज मैं लेके आया वहाँ थानू सब नू पंजा साहब ते ए श्री पंजा साहब ये जी घर बैठ के तुसी दर्शन कर लवो। ना फकीरां दे ना अमीरां दे दीवे बलन, हमेशा फकीरां दे। देखो जी, बाबा गुरु नानक दे नाम दा दिया जल रहा और मैं तुहानूं दिखा रहा वां श्री पंजा साहिब। पंजा साहिब हसन अब्दाल और मैं थोड़ा अपना होस्ट बाबा जी, सेव हिस्टोरिकल प्लेसेस ऑफ पाकिस्तान दे नाल सेव गुरुद्वारा एंड टेंपल्स ऑफ पाकिस्तान सिख पीरियड फुटस्टेप्स इन पाकिस्तान। ए नज़ारे ने गुरुद्वारा श्री पंजा साहब, खूबसूरत तरीन गुरुद्वारा। असल च गुरुद्वारे का व्यू जिहड़ा वो सरोवर गुरुद्वारा श्री पंजा साहब इतिहासिक स्थान। मैं आज आया वहाँ विसाखी तो सिर्फ दो दिन पहले, थानू मैं इतने की तैयारी और सारा कुछ जारी है। गुरुद्वारा श्री पंजा साहिब मैं थोड़ा अपना होस्ट बाबा जी, सिर्फ हिस्टोरिकल प्लेसेस ऑफ पाकिस्तान सिर्फ गुरुद्वारा एंड टेंपल्स ऑफ पाकिस्तान सिख पीरियड फुटस्टेप्स इन पाकिस्तान। यात्री निवास जी, कोई मैसेज देना चाहोगे इससे संगत वास्ते विसाखी इससे? मेरे नाल ने ग्रंथी वीर जी, प्लीज अपना नाम तुसी दसो। सरदार कुलबीर सिंह बेदी जी। सरदार कुलबीर सिंह बेदी जी इत्थे दे ग्रंथी साहब ने और मैं इन्हां दे नाल अज जिहड़ा मैं गुरुद्वारा श्री पंजा साहब आया हुआ और तमाम संगतों नू एडवांस विच जिहड़ा विसाखी की बहुत बहुत बधाई और ग्रंथी जी का पैगाम है तुहाडे लई। समूह संगतां, वाहिगुरू जी का खालसा, वाहिगुरू जी की फतेह। समूह देशों विदेशों दीआं संगतां नू खालसा पंथ के 316वें साजना दिवस की एडवांस विच लखां ते करोड़ां वार बधाई 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 होवे। बहुत शुक्रिया ग्रंथी जी, तुसी मैनूं परमिशन लैके दित्ती अंदर थोड़ी जिनी वीडियो ताकि संगतां नूं मैं एडवांसली जिहड़ी तैयारी की हुई है गुरुद्वारा साहब दी और पूरी यात्री निवास जिहड़ा है इस वेले मुकम्मल तौर पर पेंट शेंट करके और संगतां वास्ते इस वेले रेडी किया गया है। तो मैं भी जी जरा चारों पासे दा दीदार करा के फिर जिहड़ा है अंदरों दरबार साहब दा जिहड़ा जी। मैं थोड़ा अपना होस्ट बाबा जी, तुसी देख रहे हो इस वेले तैयारियां हो रही ने
ਵਿਸਾਖੀ ਦੀ ਜਿਹੜੀ ਰਸੂਮਾਤ ਨੇ ਉਹਨਾਂ ਵਾਸਤੇ ਜਿਹੜੀ ਹੈ ਐਡਵਾਂਸਲੀ ਤਿਆਰੀਆਂ ਹੋ ਰਹੀਆਂ ਨੇ ਔਰ ਮੇਰੇ ਨਾਲ ਸਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਨ ਔਰ ਇਹ ਸਾਰੀ ਐਕਸੈਸਿਸ ਜਿਹੜੀ ਮੈਨੂੰ ਮਿਲੀ ਹੈ ਵੀਰ ਚਰਨਜੀਤ ਜਿਹੜੇ ਨੇ ਪਿਸ਼ਾਵਰ ਵਾਲੇ ਪੇਜ ਹੈ ਪਿਸ਼ਾਵਰੀ ਸਿੰਘ ਉਹਨਾਂ ਦੀ ਬਦੌਲਤ ਮੈਨੂੰ ਇਹ ਪਰਮਿਸ਼ਨ ਮਿਲੀ ਹੈ ਔਰ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਔਰ ਇਹ ਨਿੱਕੀਆਂ ਨਿੱਕੀਆਂ ਬੱਚੀਆਂ ਜਿਹੜੀਆਂ ਨੇ ਉਹ ਪਾਠ ਸਿੱਖ ਰਹੀਆਂ ਨੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਵਾਂ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਹਸਨ ਅਬਦਾਲ ਪਾਕਿਸਤਾਨ ਸਿਰਫ 2 ਦਿਨ ਰਹਿ ਗਏ ਨੇ ਵਿਸਾਖੀ ਦੀ ਤਿਆਰੀਆਂ ਜ਼ੋਰੋ ਸ਼ੋਰ 'ਤੇ ਚੱਲ ਰਹੀਆਂ ਨੇ ਤਮਾਮ ਸੰਗਤਾਂ ਜਿਹੜੀਆਂ ਨੇ ਵਿਦੇਸ਼ਾਂ 'ਚੋਂ ਪਾਕਿਸਤਾਨ 'ਚੋਂ ਜਿਹੜੀਆਂ ਨੇ ਪਹੁੰਚਣਾ ਸ਼ੁਰੂ ਹੋ ਜਾਣਗੀਆਂ ਸਿਰਫ 1 ਦਿਨ ਬਾਅਦ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਤਮਾਮ ਜਿਹੜਾ ਹੈ ਇਹ ਗੁਰਦੁਆਰਾ ਸਾਹਿਬ ਰੀਅਲ ਸਟੋਨ ਨਾਲ ਤਿਆਰ ਕੀਤਾ ਗਿਆ ਔਰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਗ੍ਰੰਥੀ ਸਾਹਿਬ ਅੰਦਰ ਸੈਟਿੰਗ ਕੀਤੀ ਹੋਈ ਨਾ ਬੜੀ ਅਜੀਬ ਜਿਹਾ ਮਾਹੌਲ ਹੈ ਚਲੋ ਠੀਕ ਛੋਟੇ ਜਿਹੇ ਕਮਰੇ ਸੈਟਿੰਗ ਕੀਤੀ ਹੋਈ ਠੀਕ ਹੋ ਗਿਆ ਚਲੋ ਜੀ ਵੀਰ ਜੀ ਕਹਿ ਰਹੇ ਨੇ ਕਿ ਥੋੜ੍ਹਾ ਜਿਹਾ ਕੰਮ ਜਾਰੀ ਹੈ ਅਤੇ ਇਸ ਵਾਸਤੇ ਜਿਹੜਾ ਉਹ ਗੁਰਦੁਆਰੇ ਦੀ ਸਫਾਈ ਵਗੈਰਾ ਕਰ ਰਹੇ ਨੇ ਸੰਗਤਾਂ ਇਕੱਠੀਆਂ ਹੋਈਆਂ ਨੇ ਅਤੇ ਮੈਂ ਤੁਹਾਨੂੰ ਫਿਰ ਕਿਸੇ ਦਿਨ ਅੰਦਰੋਂ ਜਿਹੜੇ ਨੇ ਦਰਸ਼ਨ ਕਰਾਵਾਂਗਾ ਔਰ ਮੈਂ ਇਸ ਵੇਲੇ ਆਇਆ ਹਾਂ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਮੈਂ ਤੁਹਾਨੂੰ ਥੋੜ੍ਹਾ ਜਿਹਾ ਗੁਰਦੁਆਰਾ ਸਾਹਿਬ ਦਾ ਆਰਟ ਵਰਕ ਦਿਖਾਉਂਦਾ ਜਾਵਾਂ ਇਹ ਦੇਖੋ ਇੰਟਰਸਟ ਜਿਹੜੀ ਹੈ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਸਭ ਲੋਕ ਦਰਸ਼ਨ ਕਰ ਲਓ ਗਾਰ ਬੈਠ ਕੇ ਇਸ ਜਗ੍ਹਾ 'ਤੇ ਵਿਸਾਖੀ ਲੱਗਣੀ ਹੈ 2 ਦਿਨ ਬਾਅਦ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ
ਬਹੁਤ ਖੂਬਸੂਰਤ ਆਰਟ ਵਰਕ ਹੈ ਜੀ। ਅਸੀਂ ਸ਼ੀਸ਼ੇ ਦੀ ਪਿੱਚੀਕਾਰੀ ਕਹਿੰਦੇ ਹਾਂ ਆਪਣੀ ਜ਼ੁਬਾਨ ਹੈ ਚੈਨੂੰ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਬਿਲਕੁਲ ਸ਼ੀਸ਼ ਮਹਿਲ ਵਰਗਾ ਕੰਮ ਹੋਇਆ ਹੋਇਆ। ਅੰਦਰ ਕੰਮ ਜਾਰੀ ਹੈ, ਤੁਸੀਂ ਦੇਖ ਲਓ ਪਾਲਕੀ ਸਾਹਿਬ ਇੱਥੋਂ ਬਹੁਤ ਖੂਬਸੂਰਤ ਪਾਲਕੀ ਬਣੀ ਹੋਈ ਹੈ। ਕਿਉਂਕਿ ਕਾਰ ਸੇਵਾ ਜਾਰੀ ਹੈ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ। ਜੋ ਸੰਗਤਾਂ ਇਸ ਸਾਲ ਨਹੀਂ ਆ ਸਕੀਆਂ ਉਹ ਦਰਸ਼ਨ ਕਰ ਲੈਣ ਗੁਰਦੁਆਰਾ ਸਾਹਿਬ ਦੇ ਬਿਫੋਰ ਦਾ ਵਿਸਾਖੀ ਦੀ ਜਿਹੜੀ ਹੈ ਬਹੁਤ ਜ਼ਿਆਦਾ ਸਭ ਨੂੰ ਵਧਾਈ ਹੋਵੇ। ਤਮਾਮ ਸੰਗਤਾਂ ਨੂੰ ਦੇਸ਼ੋਂ ਵਿਦੇਸ਼ੋਂ ਆਉਣ ਵਾਲੇ ਜਿੰਨੀਆਂ ਵੀ ਸੰਗਤਾਂ ਨੇ ਬਿਫੋਰ ਵਿਸਾਖੀ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਔਰ ਮੈਂ ਤੁਹਾਨੂੰ ਅੱਜ ਲੈ ਕੇ ਆਇਆ ਹਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ। ਤਮਾਮ ਸੰਗਤਾਂ ਨੂੰ ਐਡਵਾਂਸ ਵਿੱਚ ਵਿਸਾਖੀ ਦੀ ਬਹੁਤ ਬਹੁਤ ਵਧਾਈ ਹੋਵੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ, ਸੇਵ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ।